हेलो फ्रेंड्स, आज आप लेक्चर नंबर 4 ਦੇ ਵਿੱਚ ਲਿਵਿੰਗਸ ਤੇ ਨੋਨ ਲਿਵਿੰਗਸ ਨੂੰ ਡਿਫਰੈਂਸ਼ੀਏਟ ਕਰਨ ਵਾਲੇ ਫੀਚਰਸ ਬਾਰੇ ਫਰਦਰ ਪੜਾਂਗੇ। ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ, ਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰਿਓ। ਅੱਜ ਆਪਾਂ ਲੈਕਚਰ ਨੰਬਰ 4 ਦੇ ਵਿੱਚ 7th ਫੀਚਰ ਹੈ ਹੋਮੋਸਟੈਸਿਸ ਬਾਰੇ ਪੜਾਂਗੇ। ਹੋਮੋਸਟੈਸਿਸ ਕੀ ਹੁੰਦਾ? ਇਟ ਇਜ਼ ਦ ਮੇਨਟੇਨਿੰਗ ਆਫ ਇੰਟਰਨਲ ਇਨਵਾਇਰਮੈਂਟ, ਬਾਡੀ ਦੇ ਇੰਟਰਨਲ ਇਨਵਾਇਰਮੈਂਟ ਨੂੰ ਮੇਨਟੇਨ ਰੱਖਣਾ, ਉਹਨੂੰ ਆਪਾਂ ਹੋਮੋਸਟੈਸਿਸ ਕਹਿ ਦਿੰਦੇ ਹਾਂ। ਚੇਂਜਿਸ ਇਨ ਦ ਐਕਸਟਰਨਲ ਇਨਵਾਇਰਮੈਂਟ ਡੂ ਨੋਟ ਹੈਵ ਮੱਚ ਇੰਪੈਕਟ ਔਨ ਦ ਇੰਟਰਨਲ ਇਨਵਾਇਰਮੈਂਟ ਐਜ਼ ਦ ਲਿਵਿੰਗਸ ਮੇਨਟੇਨ ਦੇਅਰ ਇੰਟਰਨਲ ਇਨਵਾਇਰਮੈਂਟ। ਲਿਵਿੰਗਸ ਆਪਣਾ ਇੰਟਰਨਲ ਇਨਵਾਇਰਮੈਂਟ ਮੇਨਟੇਨ ਰੱਖਦੇ ਆ, ਜੇ ਐਕਸਟਰਨਲ ਇਨਵਾਇਰਮੈਂਟ 'ਚ ਕੋਈ ਵੀ ਚੇਂਜ ਹੋਵੇ ਤਾਂ ਉਹ ਇੰਟਰਨਲ ਇਨਵਾਇਰਮੈਂਟ 'ਤੇ ਇੰਨਾ ਅਸਰ ਨਹੀਂ ਪਾਉਂਦਾ। ਜੇ ਹੀਮੋਸਟੈਸਿਸ ਹੋਵੇਗੀ ਤਾਂ ਪ੍ਰੋਪਰ ਮੈਟਾਬੋਲਿਜ਼ਮ ਹੋਵੇਗੀ, ਜੇ ਪ੍ਰੋਪਰ ਮੈਟਾਬੋਲਿਜ਼ਮ ਹੋਵੇਗੀ ਤਾਂ ਬਾਡੀ ਮੇਨਟੇਨ ਰਹੇਗੀ। ਹੀਮੋਸਟੈਸਿਸ ਇਜ਼ ਦ ਮੇਨ ਕਰੈਕਟਰਿਸਟਿਕ ਆਫ ਲਿਵਿੰਗਸ। ਹੀਮੋਸਟੈਸਿਸ ਮੇਨ ਕਰੈਕਟਰ ਆ ਲਿਵਿੰਗਸ ਦਾ, ਇਹ ਨੋਨ ਲਿਵਿੰਗਸ ਨਹੀਂ ਪਾਇਆ ਜਾਂਦਾ। 8th ਫੀਚਰ ਹੈ ਆਪਣੇ ਕੋਲ ਕੌਂਸ਼ੀਅਸਨੈਸ। ਕੌਂਸ਼ੀਅਸਨੈਸ ਇਜ਼ ਦ ਅਵੇਅਰਨੈਸ ਆਫ ਦ ਸਰਾਊਂਡਿੰਗ। ਸਰਾਊਂਡਿੰਗ ਦੇ ਪ੍ਰਤੀ ਅਵੇਅਰ ਰਹਿਣਾ, ਉਹਨੂੰ ਆਪਾਂ ਕੌਂਸ਼ੀਅਸ ਕਹਿ ਦਿੰਦੇ ਹਾਂ। ਐਂਡ ਰਿਸਪੋਂਡਿੰਗ ਟੂ ਐਕਸਟਰਨਲ ਸਟਿਮੂਲਾਈ, ਅਤੇ ਐਕਸਟਰਨਲ ਸਟਿਮੂਲਾਈ ਦੇ ਪ੍ਰਤੀ ਰਿਸਪੋਂਸ ਦੇਣਾ ਨੂੰ ਵੀ ਆਪਾਂ ਕੌਂਸ਼ੀਅਸਨੈਸ ਕਹਿ ਦਿੰਦੇ ਹਾਂ। ਪਹਿਲਾਂ ਆਪਾਂ ਸਮਝਦੇ ਹਾਂ ਕਿ ਸਟਿਮੂਲਸ ਕੀ ਹੁੰਦਾ। ਸਟਿਮੂਲਸ ਇਜ਼ ਦ ਚੇਂਜ ਇਨ ਦ ਸਰਾਊਂਡਿੰਗ ਔਰ ਇਨਵਾਇਰਮੈਂਟਲ ਕੰਡੀਸ਼ਨਸ। ਇਨਵਾਇਰਮੈਂਟ ਦੇ ਵਿੱਚ ਕੋਈ ਵੀ ਚੇਂਜ ਆਉਣਾ, ਉਹਨੂੰ ਆਪਾਂ ਸਟਿਮੂਲਸ ਕਹਿ ਦਿੰਦੇ ਹਾਂ। ਅਬਿਲਿਟੀ ਟੂ ਰਿਸਪੋਂਸ ਇਜ਼ ਨੋਨ ਐਜ ਸੈਂਸਿਟੀਵਿਟੀ ਔਰ ਇਰੀਟੇਬਿਲਿਟੀ। ਰਿਸਪੋਂਸ ਕਰਨਾ ਸਟਿਮੂਲਸ ਦੇ ਅਕੋਰਡਿੰਗ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਸੈਂਸਿਟਿਵਿਟੀ ਕਹਿੰਦੇ ਹਾਂ ਜਾਂ ਇਰੀਟੇਬਿਲਿਟੀ ਕਹਿੰਦੇ ਹਾਂ। ਆਪਾਂ ਇੱਕ ਇਮੇਜ ਦੇਖਦੇ ਹਾਂ, ਜਦੋਂ ਕੋਈ ਪਰਸਨ ਹੋਟ ਓਬਜੈਕਟ ਨੂੰ ਟੱਚ ਕਰਦਾ ਤਾਂ ਉਹ ਰਿਸਪੋਂਸ ਦਿੰਦਾ ਆਪਦੇ ਹੱਥ ਨੂੰ ਪਿੱਛੇ ਕਰਕੇ। ਇਹਦਾ ਮਤਲਬ ਕਿ ਲਿਵਿੰਗਸ ਕੌਂਸ਼ੀਅਸ ਹੁੰਦੇ ਆ, ਉਹ ਆਪਦੇ ਇਨਵਾਇਰਮੈਂਟ ਦੇ ਅਕੋਰਡਿੰਗ ਰਿਸਪੋਂਸ ਕਰਦੇ ਆ। ਦ ਸਟਿਮੂਲਸ ਆਰ ਪਰਸੀਵਡ ਬਾਏ ਸੈਂਸ ਔਰਗਨਸ ਇਨ ਹਾਇਰ ਐਨੀਮਲਸ, ਇਗਜ਼ੈਂਪਲ ਆਈਜ਼, ਨੋਜ਼ ਐਂਡ ਈਅਰਸ। ਸਟਿਮੂਲਸ ਕਿਵੇਂ ਰਿਸੀਵ ਕੀਤਾ ਜਾਂਦਾ? ਸੈਂਸ ਔਰਗਨਸ ਨਾਲ ਰਿਸੀਵ ਕੀਤਾ ਜਾਂਦਾ। ਇਹ ਮੇਨਲੀ ਸੈਂਸ ਔਰਗਨਸ ਹਾਇਰ ਔਰਗਨਸ, ਹਾਇਰ ਐਨੀਮਲਸ ਦੇ ਵਿੱਚ ਦੇਖਣ ਨੂੰ ਮਿਲਦੇ। ਇਹ ਕਿਹੜੇ ਕਿਹੜੇ ਸੈਂਸ ਔਰਗਨਸ ਨੇ? ਜਿਵੇਂ ਆਈਜ਼, ਨੋਜ਼ ਐਂਡ ਈਅਰਸ। ਪਲਾਂਟਸ ਡੂ ਨੋਟ ਪੋਜੈਸ ਸੱਚ ਟਾਈਪ ਆਫ ਸੈਂਸ ਔਰਗਨ। ਪਲਾਂਟਸ ਦੇ ਵਿੱਚ ਇਹੋ ਜਿਹੇ ਸੈਂਸ ਔਰਗਨਸ ਨਹੀਂ ਹੁੰਦੇ। ਹਾਓ ਐਵਰ ਦੇ ਡੂ ਰਿਸਪੋਂਡ ਟੂ ਐਕਸਟਰਨਲ ਫੈਕਟਰਸ, ਪਰ ਫਿਰ ਵੀ ਉਹ ਐਕਸਟਰਨਲ ਫੈਕਟਰਸ ਦੇ ਅਕੋਰਡਿੰਗ ਰਿਸਪੋਂਡ ਦਿੰਦੇ ਆ, ਸੱਚ ਐਸ ਲਾਈਟ, ਵਾਟਰ, ਟੈਂਪਰੇਚਰ ਐਂਡ ਪਲਿਊਟੈਂਟਸ। ਇਹ ਕਿਹੜੇ ਕਿਹੜੇ ਫੈਕਟਰਸ ਨੇ ਜਿਨ੍ਹਾਂ ਦੇ ਅਕੋਰਡਿੰਗ ਉਹ ਰਿਸਪੋਂਸ ਦਿੰਦੇ ਆ? ਇਹ ਹੈ ਲਾਈਟ, ਵਾਟਰ, ਟੈਂਪਰੇਚਰ ਅਤੇ ਪਲਿਊਟੈਂਟਸ। ਆਪਾਂ ਕੁਝ ਇਮੇਜਸ ਦੇਖਦੇ ਹਾਂ, ਜਿਵੇਂ ਆਪਾਂ ਨੂੰ ਇਲੈਕਟ੍ਰਿਕ ਸ਼ੌਕ ਲੱਗਦਾ ਆਪਾਂ ਰਿਸਪੋਂਸ ਦਿੰਦੇ ਹਾਂ, ਜਾਂ ਆਪਾਂ ਫਾਇਰ ਕੋਲ ਜਾਂਦੇ ਹਾਂ ਤਾਂ ਉਦੋਂ ਆਪਾਂ ਰਿਸਪੋਂਸ ਦਿੰਦੇ ਹਾਂ, ਕਿਉਂਕਿ ਆਪਣੇ 'ਚ ਕੀ ਹੈ, ਸੈਂਸ ਔਰਗਨ ਆ। ਪਲਾਂਟਸ 'ਚ ਇਹੋ ਜਿਹੇ ਸੈਂਸ ਔਰਗਨ ਨਹੀਂ ਹੁੰਦੇ ਜਿਵੇਂ ਆਪਣੇ ਹੁੰਦੇ ਆ, ਹਿਊਮਨਸ 'ਚ ਹੁੰਦੇ ਆ, ਪਰ ਫਿਰ ਵੀ ਉਹ ਸਟਿਮੂਲਸ ਦੇ ਅਕੋਰਡਿੰਗ ਰਿਸਪੋਂਸ ਦਿੰਦੇ ਆ। ਜਿਵੇਂ ਲਾਈਟ ਦੇ ਵੱਲੀ ਮੁੜਨਾ, ਉਹ ਵੀ ਉਹਨਾਂ ਦਾ ਇੱਕ ਰਿਸਪੋਂਸ ਹੈ। ਵਾਟਰ ਦੇ ਵੱਲੀ ਜਾਣਾ, ਉਹ ਵੀ ਉਹਨਾਂ ਦਾ ਇੱਕ ਰਿਸਪੋਂਸ ਹੈ। ਨੈਕਸਟ ਫੀਚਰ ਹੈ ਆਪਣੇ ਕੋਲ ਹੀਲਿੰਗ ਐਂਡ ਰਿਪੇਅਰ। ਲਿਵਿੰਗਸ ਹੈਵ ਦ ਅਬਿਲਿਟੀ ਟੂ ਰਿਪੇਅਰ ਐਂਡ ਹੀਲ ਦ ਬਰੋਕਨ ਐਂਡ ਇੰਜਰਡ ਪਾਰਟ। ਲਿਵਿੰਗਸ 'ਚ ਅਬਿਲਿਟੀ ਹੁੰਦੀ ਹੈ ਕਿ ਕੋਈ ਵੀ ਬਰੋਕਨ ਜਾਂ ਇੰਜਰਡ ਪਾਰਟ ਆ, ਉਹਨੂੰ ਉਹ ਹੀਲ ਕਰ ਸਕਦੇ ਆ। ਡਿਊਰਿੰਗ ਹੀਲਿੰਗ ਦ ਡੈਮੇਜਡ ਸੈੱਲ ਰਿਪਲੇਸਡ ਬਾਏ ਦ ਨਿਊ ਵਨਸ। ਜਦੋਂ ਹੀਲਿੰਗ ਹੁੰਦੀ ਆ, ਉਦੋਂ ਕੀ ਹੁੰਦਾ, ਡੈਮੇਜ ਸੈੱਲਸ ਨੂੰ ਕੌਣ ਰਿਪਲੇਸ ਕਰ ਦਿੰਦੇ ਆ? ਨਵੇਂ ਸੈੱਲਸ ਰਿਪਲੇਸ ਕਰ ਦਿੰਦੇ ਆ। ਆਪਾਂ ਕੁਝ ਇਮੇਜਸ ਦੇਖਦੇ ਹਾਂ ਲਿਵਿੰਗਸ ਅਤੇ ਨੋਨ ਲਿਵਿੰਗ 'ਚ, ਹੀਲਿੰਗ ਅਤੇ ਰਿਪੇਅਰ ਦੇ ਬੇਸ 'ਤੇ ਡਿਫਰੈਂਸ਼ੀਏਟ ਕਰਦੇ ਹਾਂ ਇਹਨਾਂ ਨੂੰ। ਜਿਵੇਂ ਆਪਾਂ ਹਿਊਮਨਸ ਦੇਖ ਰਹੇ ਹਾਂ ਕਿ ਉਹਨਾਂ ਦੇ ਹਿਊਮਨਸ ਹੈਂਡ ਦੇਖ ਰਹੇ ਹਾਂ, ਕੁਝ ਇੰਜਰੀ ਹੋਈ ਸੀ ਉਹ ਹੀਲ ਹੋ ਗਈ, ਕਿਉਂਕਿ ਸੈੱਲਸ ਜਿਹੜੇ ਡੈਮੇਜ ਸੀਗੇ ਉਹ ਰਿਪਲੇਸ ਹੋ ਗਏ ਨਿਊ ਸੈੱਲਸ ਨਾਲ। ਜੇ ਆਪਾਂ ਸੈਕਿੰਡ ਐਨਰਜੀ ਲੈਂਦੇ ਹਾਂ ਨੋਨ ਲਿਵਿੰਗ ਦੀ, ਆਪਣੇ ਕੋਲ ਇੱਕ ਵੁਡਨ ਬਲੋਕ ਹੈ, ਜਦੋਂ ਆਪਾਂ ਉਹਦੇ 'ਤੇ ਨੇਲ ਇਨਸਰਟ ਕਰਦੇ ਹਾਂ ਅਤੇ ਬਾਅਦ 'ਚ ਉਹ ਆਪਾਂ ਨੇਲ ਕੱਢ ਦਿੰਦੇ ਹਾਂ ਤਾਂ ਉੱਥੇ ਇੱਕ ਹੋਲ ਰਹਿ ਜਾਂਦਾ। ਉਹ ਕਿਉਂਕਿ ਇਹਨਾਂ 'ਚ ਸੈੱਲਸ ਨਹੀਂ ਹੁੰਦੇ, ਡਿਵਾਈਡ ਨਹੀਂ ਹੋ ਸਕਦੇ, ਇਸ ਕਰਕੇ ਹੋਲ ਜਿਹੜਾ ਹੈਗਾ ਆਪਦੇ ਆਪ ਨੂੰ ਹੀਲ ਨਹੀਂ ਕਰ ਸਕਦਾ।